ਇਹ ਦੇਸੀ ਆ ਜੀ ਦੇਸੀ ਆ ਲੈ ਵੀ ਦੇਸੀ ਆ ਪਿਓਰ ਦੇਸੀ ਆ ਪਰ ਵੇਲ ਬਹੁਤ ਤਗੜੀ ਯਾਰ ਭੇਡੂ ਦੀ ਨਾ ਭੇਡਾ ਸਾਡੇ ਕੋਲ 100 ਭੇਡਾ ਜੀ 100 ਭੇਡਾ ਹਾਂਜੀ भेडू दिखाने होली खड़िया के लिया बापू बापू जी सत्या पिंड है जी राजगढ़ कुबे राजगढ़ कुबे भेडू कि ਇਹ ਜੀ ਹਾਂ 3 ਸਾਲਾਂ ਦਾ ਜੀ 3 ਸਾਲਾਂ ਦਾ ਕਰਦਾ ਪੇਡੂ ਆ ਜਾਂ ਕਿਵੇਂ ਕਰਦਾ ਜੀ ਕਰਦਾ ਜੱਤ ਬਾਪੂ ਮੈਨੂੰ ਲੱਗਾ ਖਾਸਾ ਟਾਈਮ ਹੋ ਗਿਆ ਮੈਂ ਮੁੰਨੀ ਨਹੀਂ ਜਾਣ ਕੇ ਨਹੀਂ ਕੀ ਗੱਲ ਉਹੀ ਸ਼ੌਂਕ ਵਜੇ ਜੀ ਉਹੀ ਹਾਂ ਜਮੀ ਨਹੀਂ ਮੁੰਨੀ ਗਈ ਨਾ ਜੀ ਆਂਦਾ ਕੱਟਿਆ ਫਿਰਦਾ ਅੱਛਾ ਤੇ ਉਸ ਤੋਂ ਬਾਅਦ ਹੁਣ ਅਸੀਂ ਮੰਨਿਆ ਨਹੀਂ ਜਾਣ ਕੇ ਵੀ ਚੱਲ ਆਪਾਂ ਮੰਡੀ ਦਿਖਾਵਾਂਗੇ ਹੈਗਾ ਕਿਹੜਾ ਗਾ ਇਹ ਇਹ ਦੇਸੀ ਆ ਜੀ ਦੇਸੀ ਆ ਲੈ ਵੀ ਦੇਸੀ ਆ ਪਿਓਰ ਦੇਸੀ ਆ ਪਰ ਵੇਲ ਬਹੁਤ ਤਗੜੀ ਯਾਰ ਪੇਡੂ ਦੀ ਨਾ ਵਜਨ ਕਿੰਨਾ ਕਹੂਗਾ ਬਾਪੂ ਜੀ ਦੇਖ ਲਓ ਜੀ ਅੱਛਾ ਪਤਾ ਨਹੀਂ ਕਿ ਤੁਹਾਨੂੰ ਜਦੋਂ ਇਹ ਮੁੰਡੇ ਆ ਨਾ ਫਿਰ ਤਾਂ ਇੰਜ ਨਿਕਲੇ ਆਉਂਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਹੁਣ ਇਹਨੂੰ ਕਦੋਂ ਮੁੰਨਣਾ ਫਿਰ ਮੁੰਨਾ ਕਿ ਸੀ 20 ਦਿਨਾਂ ਨੂੰ ਜੀ 20 ਦਿਨਾਂ ਨੂੰ ਜੇ ਪਹਿਲੇ ਵੀ ਗਿਆ ਉਹ ਤਾਂ ਫਿਰ ਵਿਕਣ ਦੇ ਸਾਰੇ ਉਹ ਵਾਗਾ ਹਲਾ ਕੀ ਮੰਗਿਆਗਾ 25000 ਰੁਪਏ ਮੰਗਿਆ 25000 ਰੁਪਏ ਠੀਕ ਹੈ ਲੱਗਿਆ ਕੁਛ ਲੱਗਿਆ ਜੀ ਕਿੰਨਾ 18 ਲੱਗਿਆ ਜੀ 18 ਲੱਗਿਆ ਫਿਰ ਤਾਂ ਵਿਕੀ ਜਾਊਗਾ ਹਾਂ ਜੀ ਪੇਡੂ ਚੰਗਾਗਾ ਤੋਰੀ ਬਾਪ ਕੁਵਾਰੇ ਨੂੰ ਮੜਿਆ ਪੇਡਾਂ ਕਿੰਨੀਆਂ ਕਿ ਰੱਖੀ ਹੋਈਆਂ ਨੇ ਪੇਡਾਂ ਸਾਡੇ ਕੋਲ 100 ਪੇਡਾਂ ਜੀ 100 ਪੇਡਾਂ ਹਾਂ ਜੀ ਲੈ रुक जाओ मड़ा जा पेट तो सूए के केड़े केड़े महीने च लैने फिर असि जी कत्ते च कत्ते च हां किन्ने सूए लाउने पेट दे साल च साल जी जी दो दो सूए जी जदों ये सूपां दी फिर गब्बण कदों करौनेओगे फिर 2 महीने बाद हो जांदी 2 महीने बाद हां जी 2 महीने पिछो जांदी बच्चे ये किन्ने खेड़ दीगी ए जी 5 महीने तू ना ना आए तां बच्चे तां नहीं छड़दी की बकरी मंगू ना ना छड़दी नहीं जी अच्छा हां छड़दी नहीं कामयाब चीज हां जी हां जी पूरी बढ़िया तू बकरी दा तुसी आपा बकरा दा पालांगे 6 महीने दा ते लेला 3 महीने दा जी लेला 3 महीने दा हां किन्ने पैसे दा बिक जांदा 3 महीने दा लेला ओ बिकदा 6000 दा जी 6000 हां ओ तो खराक दे सिर ते जी आपा किसे हुन सामांगे ना हां सेवा ना करांगे हां ते टीडी ना भरया 100 पेड फिर 4 किलो लेणो 4 किलो लेणो जी बंड के सी ठीक है की ओ तो फिर हरे थल्लो ही जाकर चुग ले हां चुग दे जी हां जी गर्मी ठंडा रहू जी ਕਿਵੇਂ ਆਪਣਾ ਕੁੜਤਾ ਖੱਦਰ ਦਾ ਪਾਉਂਦੇ ਸੀਗੇ ਖੱਦਰ ਦੇ ਕੁੜਤੇ ਆਪਣਾ ਫਰੀ ਠੰਡਾ ਰਹਿੰਦਾ ਸੀਗਾ ਉਹ ਗੱਲ ਇਹਨਾਂ ਦੀ ਹੈ ਜੀ ਠੀਕ ਹੈ ਉੱਤੋਂ ਤਾਂ ਮੁੰਨ ਤਾਂ ਇਹ ਸਮਝ ਗਰਮੈਸ਼ ਮੰਨੂਗਾ ਹੁਣ ਤਾਂ ਸਰੀਰ ਵਿੱਚੋਂ ਠੰਡਾ ਬਰਫ਼ ਮੰਗੂ ਲਿਕੜੂਗਾ ਅੱਛਾ ਮੈਂ ਕਿਵੇਂ ਮੁੜਕਾ ਆਇਆ ਮੈਂ ਸਮਝਦੀ ਮਾਂ ਕਿਤੇ ਗਰਮੈਸ਼ ਨਾ 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 ਜੀ ਇਹ ਠੰਡਾ ਰਹੂਗਾ ਠੰਡਾ ਵਿੱਚੋਂ ਠੰਡਾ ਰਹੂਗਾ ਵਿੱਚੋਂ ਠੰਡਾ ਰਹੂਗਾ ਕਿਵੇਂ ਆਪਾਂ ਮਾਪਾ ਨੂੰ ਮੁੜਕਾ ਕੇ ਸਰੀਰ ਠੰਡਾ ਨਹੀਂ ਹੁੰਦਾ ਹਾਂ ਉਹ ਗੱਲ ਹੈ ਜੀ ਇਹਨਾਂ ਦੀ ਇੱਕ ਗੱਲ ਹੋਰ ਆਪੂ ਇਹਦੇ ਵਿੱਚ ਮੀਂਗਣਾ ਮੂੰਗਣਾ ਜਾਂ ਫਸੀਆਂ ਨਹੀਂ ਹੋਈਆਂ ਹੈਗੀਆਂ ਨਹੀਂ ਤਾਂ ਬਹੁਤ ਕੋਈ ਗੁੱਸ ਮੁੱਚ ਜਾ ਕਰ ਆਉਂਦਾ ਕਿ ਨਮਾਇਆ ਹੋਇਆ ਹੈ ਨਾ ਜੀ ਕੋਈ ਨਮਾਇਆ ਨਹੀਂ ਜਵਾਖ ਹੀ ਜਵਾਖਾਂ ਹੋਣੇ ਰਹਿੰਦਾ ਜੀ ਅੱਛਾ ਮਾ ਉਹ ਕੰਡੇ ਜੇ ਫਸੇ ਪੈਂਦੇ ਨੇ ਉਹ ਜੀ ਅਡੋ ਨਹੀਂ ਲਾਉਣੇ ਆ ਜੀ ਜੇ ਲਾਗੇ ਲਾ ਲਾਂਗੇ ਉਹ ਤਾਂ ਫਿਰ ਬਾਲੀ ਮਿਹਨਤ ਕਰਨੀ ਪੈਂਦੀ ਨਾ ਕੋਈ ਮਿਹਨਤ ਵਾਲਾ ਕੰਮ ਨਹੀਂ ਅੱਗੇ ਤਾਂ ਰਿੰਡੀ ਬਾਲੀ ਹੁੰਦੀ ਖੇਤਾਂ 'ਚ ਹੁਣ ਉਹ ਨਹੀਂ ਰਿੰਡੀ ਨਹੀਂ ਜੀ ਆਉਂਦੀ ਉਹ 'ਚ ਮੜ ਜਾਂਦੀ ਸੀ ਹਾਂਜੀ ਹਾਂਜੀ ਜਿਹੜਾ ਵਾਜਦਾ ਰਿੰਡੀ ਨਹੀਂ ਕਹਿੰਦੇ ਗੁੱਤ ਪਟਣਾ ਹਾਂ ਉਹ ਹੁੰਦਾ ਸੀ ਜੀ ਹੁਣ ਗੁੱਤ ਪਟਣਾ ਮਿਲਦਾ ਨਹੀਂਗਾ ਠੀਕ ਮਾੜਾ ਮੋਟਾ ਕਿਤੇ ਆਉਂਦਾ ਹੋਇਆ ਸੀ ਚੁੱਕ ਦਿੰਨੇ ਦਾਣਾ ਕਿਹੜਾ ਲੱਗ ਜਾਂਦਾ ਜੀ ਹਾਂ ਬਈ ਹੁਣ ਤੂੰ ਬੋਲ ਲਾਉਣਾ ਜੀ ਲਾ ਕੇ ਆ ਲਾਉਣਾ 25000 ਜੀ 25 ਦੇ ਫਿਰ ਮੈਂ ਤਾਂ ਦੱਸਤਾ ਜੀ 12000 ਦਾ ਨਾ ਨਾ ਨਾ24000 ਉਹ ਠੀਕ ਵਿਕਦਾ 24 ਤੋਂ ਘੱਟ ਕਿੰਨੇ ਰੁਪਏ ਲਾਉਣਾ ਬਾਈ ਤੂੰ ਕਿੰਨੇ ਰੁਪਏ ਲਾਉਣਾ 12.5 ਕਹਿਤਾ ਜੀ ਕਿੱਥੇ 12.5 ਕਿੱਥੇ ਬਾਈ ਮੰਗਲ ਭਾਵੇਂ 24000 ਹੈ ਅੱਛਾ 40 ਮੰਗਲਾ ਬਾਬਾ ਮਿਲਦਾ ਤਾਂ ਨਹੀਂ ਫਿਰ ਨਹੀਂ ਮਿਲਦਾ ਫਿਰ ਨਹੀਂ ਮੇਰੇ ਕੋਲੇ ਆ ਲੈ 13 ਦਾ ਪਾ ਨਹੀਂ ਮੇਰੇ ਕੋਲੇ ਆ ਲੈ 13 ਦਾ ਪਾ ਮੇਰੇ ਕੋਲੇ ਆ ਹੋਰ ਕਿੰਨੇ ਦਾ ਦੇਣਾ ਸਰ
ਕਮਾਲੂ ਫਿਰਦਾ ਮੇਰੇ ਕੋਲ 35,000 ਰੁਪਏ ਦਿੰਦੇ ਮੀਡੇ ਦਾ। ਠੀਕ ਹੈ, ਅੱਜ ਤੁਹਾਨੂੰ ਦਿਖਾ ਦੇ ਕਿਹੜੇ ਨਿਆਣਾ ਹੋਇਆ ਹੈ ਜੀ, 4 ਸਾਲਾਂ ਦਾ ਹੈਗਾ, 4 ਸਾਲਾਂ ਦਾ ਜਿਹੜਾ ਪੇਟ ਦਾ ਬੱਚਾ ਹੁੰਦਾ ਜਦੋਂ ਉਹ ਵੱਡਾ ਹੁੰਦਾ ਕਿਹੜੇ ਮਹੀਨੇ ਚ ਗੱਭਣ ਕਰਾ ਦਾ, ਕਿੰਨੇ ਮਹੀਨਿਆਂ ਦਾ ਉਹ ਦੱਸੀ ਨਾ ਕਿ ਅਸੀਂ ਕਿੱਥੇ ਕਰਾ ਦੇਣੇ ਨੇ ਜੀ। ਨਹੀਂ ਨਹੀਂ ਐ ਨਹੀਂ ਕਹਿੰਦਾ ਗਾ ਮੈਂ, ਜਿਹੜਾ ਛੋਟਾ ਬੱਚਾ ਗਾ ਜੋ ਪੱਠ ਦੇ ਦਈਏ ਨੇ, ਹਾਂਜੀ ਉਹ ਤਾਂ ਲੱਗਦਾ ਜੀ ਤੁਹਾਨੂੰ ਦੱਸਦਾ ਵੀ ਬਾਪੂ ਲਾ ਦਈਏ 15-10। ਨਾ 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 100-200 ਹੋਰ ਲਾ ਲਓ, ਜਮੀ ਨਹੀਂ ਹੋਰ ਦੱਸ, 23,000 ਤੱਕ ਨਵਾਂ ਪੈਸਾ ਨਹੀਂ ਦਿੰਦਾ, 25 ਮੇਰਾ ਮੁੱਲ ਆ, 23 ਤੱਕ ਦਿੰਦਾ ਨਹੀਂ ਗਾ। ਠੀਕ ਹੈ, ਆਪਾਂ ਗੱਲਬਾਤ ਕਰ ਦੀ ਜਦੋਂ ਇਹਨੇ ਪੱਠ ਦੇਤੀ, ਹਾਂਜੀ ਉਹ ਕਿੰਨੇ ਮਹੀਨੇ ਚ ਤਿਆਰ ਹੋ ਜੂਗੀ? 2 ਸਾਲ ਚ ਜੀ ਰਲ ਜਾਂਦੀ ਆ। 2.5 ਸਾਲ ਚ? ਹਾਂਜੀ। ਜ਼ਿਆਦਾ ਨਹੀਂ ਹੋ ਜੂ 2 ਸਾਲ? ਨਾ ਜੀ ਜ਼ਿਆਦਾ ਨਹੀਂ ਹੁੰਦੀ। ਅੱਛਾ, ਇਹ ਤਾਂ ਫਿਰ ਪਸ਼ੂ ਨਰਮ ਰਹਿ ਜਾਂਦੇ, 2 ਸਾਲ ਦੀ ਰਲ ਜਾਂਦੀ ਆ, 2 ਸਾਲਾਂ ਦੇ ਅੰਦਰ ਛੂ ਪੈਂਦੀ ਆ ਜੀ। ਠੀਕ ਹੈ, ਯਾਨੀ ਕਿ ਦੇਸੀ ਚ ਆ ਗਈ ਹੈ ਨਾ? ਹਾਂ ਦੇਸੀ ਆ ਜੀ, ਕੋਈ ਉਹ ਵੱਡੀ ਨਸਲ ਚ ਨਹੀਂ ਗਈ? ਨਾ ਦੇਸੀ ਆ ਜੀ। ਇਹ ਆਪਾਂ ਕਿਵੇਂ, ਜਿਹੜੀ ਵੱਡੀ ਨਸਲ ਉਹ ਤਾਂ ਹੋਰ ਵੀ ਕਮਾਈ ਦੇ ਦਿੰਦੀ ਆ ਜੀ, ਕਮਾਈ ਵੱਧ ਕਮਾਈ ਹਾਂ ਵੱਧ। ਇਦੂ ਲੈਣਾ ਛੋਟਾ ਜਿਹਾ ਲਿਆ ਸੀ ਏਡਾ ਕੁ, 15,000 ਦਾ ਲਿਆ ਕਾਲਾ। ਅੱਛਾ, ਹਲੇ 3 ਸਾਲ ਭੇਟ ਤੇ ਪੈਂਦਾ ਨੀ ਉਹ। ਸਮਾਂ ਕਿੰਨਾ ਹੋ ਗਿਆ ਰੱਖਦੇ ਨੂੰ ਭੇਟਾਂ? ਸਮਾਂ ਸਾਡੇ ਤਾਂ ਪਿਓ ਦੀ ਜੜ ਚੱਲੀ ਜਾਂਦੀ ਜੀ ਉਦੋਂ ਤੇ। ਹਾਂਜੀ, ਕੱਟਣ ਤਾਂ ਨਹੀਂ ਦਿੱਤੀਆਂ ਭੇਟਾਂ ਕਦੇ? ਨਾ ਜੀ ਕੱਟਣ ਨਹੀਂ ਦਿੱਤੀਆਂ ਕਦੇ ਵੀ ਨਹੀਂ। ਨਾ ਜਮੀ ਨਹੀਂ। ਅੱਛਾ, ਜੇ ਕਿਤੇ ਬਿਮਾਰੀ ਬਿਮਾਰੀ ਪੈ ਜਾਂਦੇ ਮਰ ਜਾਂਦੇ ਆ ਵਿਚਾਰੇ, ਉਹ ਤਾਂ ਕਿਸੇ ਸਾਰੇ ਮਰ ਜਾਂਦੇ ਨੇ ਜੇ ਮਰ ਜਾਣਾ। ਇਹ ਆਈ ਨਹੀਂ ਪਈ 5 ਵੀ ਮਰ ਜਾਂ 4 ਵੀ ਮਰ ਸਕਦੇ ਆ ਜੀ। ਠੀਕ ਹੈ, ਵੀ ਬਿਮਾਰੀ ਤੋਂ ਪਹਿਲਾਂ ਬਚਾ ਲੈਣਾ। ਹਾਂਜੀ, ਉਹਦੇ ਦਵਾਈ ਸ਼ੁਰੂ ਕਰ ਦਿੰਦੇ ਡਾਕਟਰ ਬਿਮਾਰੀ ਬੁਖਾਰ ਚੜ ਗਿਆ, ਇਹ ਕਿੰਨੀ ਕੁ ਹੁੰਦੀ ਆ ਜਾਂ ਨਲੀ ਜੀ ਛਿੱਟਣ ਲੱਗ ਜਾਂਦੀ ਹੈ? ਹਾਂ, ਡਿੱਗਣ ਲੱਗ ਗਿਆ ਜੀ। ਉਹ ਫਿਰ ਇਲਾਜ ਕਿਵੇਂ ਕਰਦੇ ਹੋ? ਉਹ ਡਾਕਟਰ ਨੂੰ ਸਾਡੇ ਪਿੰਡ ਡਾਕਟਰ ਆ, ਉਹਦੇ ਦਵਾਈ ਜਰਕ ਦੇ ਲੈਣੇ। ਠੀਕ ਹੈ, ਵੀ ਮੌਕੇ ਤੇ ਇਲਾਜ ਕਰਨਾ ਪੈਂਦਾ, ਕਰਾਉਣਾ ਹੀ ਪੈਂਦਾ ਜੀ। ਠੀਕ ਹੈ, ਘਾਟੇ ਵਾਲਾ ਸੌਦਾ ਤਾਂ ਨਹੀਂ? ਨਾ ਨਹੀਂ, ਕੋਈ ਘਾਟੇ ਵਾਲਾ। ਅੱਛਾ, ਇਹਦਾ ਐਂ ਦੱਸੋ ਹੁਣ ਆਪਾਂ ਜਾਂਦੇ ਜਾਂਦੇ ਵੀ ਇਹਦਾ ਬੱਚਾ ਜਿਹੜਾ ਹੁੰਦਾ ਗਾ ਉਹਨੂੰ ਦੁੱਧ ਆਪ ਚੁੰਘਾਉਣੇ, ਉਹਨੂੰ ਫੜ ਕੇ ਚੁੰਘਲਾਂ ਦਾ? ਇਹ ਤਾਂ ਜੀ ਕਿਤੇ ਸੂਪ ਹੀ ਵਿਚਾਰਾ ਆਪ ਹੀ ਚੁੰਘਣ ਲੱਗ ਜੀ, ਆਪਾਂ ਬੱਕਰੇ ਵਾਲਾ ਕੰਮ ਨਹੀਂ ਵਿੱਚ ਰੱਖ ਕੇ ਚੱਕੀ ਚੰਗਾ ਦੇ, ਜੇ ਕਿਤੋਂ ਸੂਪ ਵੀ ਭੇੜ ਤੂੰ ਪਾਸੇ ਬਹਿ ਜੀ, ਘੰਟੇ ਪਿੱਛੋਂ ਆਪ ਢੋਡਾ ਮਾਰ ਕੇ ਚੁੰਘਣ ਲੱਗ ਜੂਗਾ। ਅੱਛਾ, ਕੋਈ ਤੈਨੂੰ ਤਲੇ ਪਾਉਣ ਦੀ ਚੱਕਣ ਦੀ ਲੋੜ ਨਹੀਂ, ਕੋਈ ਪਾਸੇ ਦੀ ਲੋੜ ਨਹੀਂ, ਹੱਥ ਵੀ ਨਾ ਲਾਈਦੇ। ਠੀਕ ਹੈ, ਹਾਂਜੀ, ਜਿਹੜੇ ਨਾਲ ਜਦੋਂ ਲੈ ਕੇ ਜਾਂਦੇ ਹੋ ਭੇਡਾਂ, ਹਾਂਜੀ, ਜਦੋਂ ਰਾਹ 'ਚ ਸੂਪੀਆਂ ਉਹਦਾ ਮੇਮਣਾ ਚੱਕ ਕੇ ਲਿਆਉਣਾ? ਉਹ ਚੱਕ ਕੇ ਲਿਆਉਣੀ ਪੈਂਦੀ ਜੀ ਉਦੋਂ। ਅੱਛਾ, ਉਹਦੇ ਚੱਕ ਕੇ ਕਿੱਥੇ 10 ਮਿੰਟ ਚਾਹ ਕਰਨੀ ਆ ਜਾਂ ਬਹਿ ਕੇ ਭੇਡ ਕੋਲ ਛੱਡ ਦੇਣਾ, ਆਟੋਮੈਟਿਕ ਚਾਹ ਪੀਂਦੇ ਪੀਂਦੇ ਚੁੰਘਣ ਲੱਗ ਜਾਂਦਾ। ਠੀਕ ਆ, ਦੁੱਧ ਤਾਂ ਨਹੀਂ ਕੱਢਿਆ ਕਦੇ ਇਹਨਾਂ ਦਾ? ਕੱਢਦੇ ਹੁੰਦੇ ਜੀ, ਕਿਤੋਂ ਵੇਲੇੜਾ ਵੇਚਾ ਉਦੋਂ ਕੱਢਦੇ ਆ। ਅੱਛਾ, ਉਦੋਂ ਕਈ ਲੋਕ ਦੇ ਦਿੰਦੇ, ਹੁਣ ਦਾਣਾ ਹਿਸਾਬ ਤੇ ਕਿਵੇਂ? ਇੱਕ ਭੇਡ ਦੁੱਧ ਕਿੰਨਾ ਦਿੰਦੀ ਹੋਊਗੀ? ਕਿਲੋ ਕੁ ਦੇ ਦਿੰਦੀ ਆ ਜੀ, ਹੁਣ ਕਿਵੇਂ ਖੁਰਾਕ ਮਿਲਦੀ ਆ? 2 ਟਾਈਮ ਦਾ? ਨਾ, 1 ਟਾਈਮ ਦਾ ਜੀ। ਕਿਲੋ ਤਾਂ ਜ਼ਿਆਦਾ ਹੋ ਜੂਗਾ ਮੈਂ ਕਹਿੰਦਾ। ਨਾ ਜੀ, 1 ਟਾਈਮ ਦੀ ਦਿੰਦੀ ਆ। ਅੱਛਾ, ਅੱਜ ਕਿ ਮੈਂ ਅੱਜ ਤੇ ਉਹ ਲਈ ਦੁਪਹਿਰੇ, ਅੱਜ ਦੁਪਹਿਰੇ ਦੁਪਹਿਰੇ ਫਿਰ ਜੂ ਮੈਂ। ਪੀ ਵੀ ਲੈਣਾ? ਹਾਂ, ਬਾਲ ਕੇ। ਅੱਛਾ,
ਭੇੜ ਦੁੱਧ ਕਿਵੇਂ ਹੁੰਦਾ ਵਧੀਆ ਬਹੁਤ ਛੱਤ ਮਲਾਈਆਂ ਆਉਂਦੀਆਂ ਜੀ ਭੇੜ ਦੇ ਦੁੱਧ ਹਾਂ ਤੇ ਤੁਸੀਂ ਮੈਂ ਦਾਤਾ ਪਾ ਲਈ ਕਿਲੋ ਦੁੱਧ ਹਾਂ ਤੇ ਭੇੜ ਦਾ ਪਾਲੀ ਅੱਧਾ ਕਿਲੋ ਹਾਂ ਉਨੇ ਪਾਣੀ ਚ ਠੀਕ ਹੈ ਤੇ ਤੁਸੀਂ ਐ ਖੋਗੇ ਯਾਰ ਹਾਲੀ ਵੀ ਇਹਦਾ ਪਾਣੀ ਸੰਘਣੀ ਆ ਅੱਛਾ ਹਾਂ ਜੀ ਠੀਕ ਵਿਕਦਾ ਨਹੀਂਗਾ ਯਾਨੀ ਕਿ ਭੇੜ ਵਾਧੂ ਵਿਕਦਾ ਜੀ ਭੇੜ ਦਾ ਦੁੱਧ ਇਹਦਾ ਜੀ ਆਪਣੇ ਗੋਡੇ ਦੇ ਖੋਲਣ ਲੱਗੇ ਹਾਂ ਮਲਾਈ ਕਰਕੇ ਇਹਦੀ ਕੱਢ ਕੇ ਲਾਲ ਗੋਡਿਆਂ ਤੇ ਹਾਂ 2 ਮਿੰਟ ਕਰਾਵਾਂ ਲੈ ਗੱਲਬਾਤ ਇਹਦਾ ਪੂਰੀ ਸਿਰਾ ਬਾਪੂ ਫਿਰ ਹੈ ਨਾ ਸਾਡੇ ਕੋਲ ਹੁਣ ਟਲ ਹਾਲੀ ਬੁੜੀ ਸੀਗੀ ਕਿੰਨੇ ਪੈਸਿਆਂ ਦਾ ਵਿਕਦਾ ਲੀਟਰ ਦੁੱਧ ਵੇਚਾ ਨਹੀਂ ਜੀ ਕਦੇ ਵੀ ਨਹੀਂ ਨਾ ਬਸ ਕਿਵੇਂ ਹੁਣ ਕਿਸੇ ਜਵਾਕ ਤੇ ਲਾਗ ਲੱਗ ਗਈ ਹਾਂ ਕਹਿੰਦੇ ਸਾਡੇ ਜਵਾਕ ਨੂੰ ਲਾਗ ਲੱਗ ਗਈ ਜੀ ਸਾਨੂੰ ਦੁੱਧ ਚਾਹੀਦਾ ਅਸੀਂ ਇਹਨੂੰ ਕਹਿੰਦੇ ਵੀ ਬਾਈ ਥੱਲੇ ਤੇਰੇ ਨੂੰ ਲਿਆਓ ਤੁਸੀਂ ਪੁਣ ਕਿਹਨੂੰ ਜਵਾਕ ਨੂੰ ਚਾਰ ਰੰਗ ਪਿਆ ਦਿਓ ਚਾਰ ਰੰਗਾਂ 'ਚ ਉਹਦਾ ਫਤਿਹ ਹੋ ਜਾਊਗਾ ਉਹੀ ਗੱਲ ਆ ਚਾਰ ਦਿਨਾਂ 'ਚ ਕਹਿੰਦੇ ਵੀ ਸਾਡਾ ਜਵਾਕ ਇੱਕ ਗੱਲ ਐਂ ਕਹਿੰਦਾ ਉਹਨੇ ਭੇੜ ਨੀਵੀਂ ਪਾ ਕੇ ਚੱਲਦੀ ਆ ਹਾਂ ਜੀ ਹਾਂ ਚੱਲਦੀ ਆ ਨੀਵੀਂ ਪਾ ਕੇ ਚੱਲਦੀ ਹਾਂ ਜਮਾ ਨੀਵੀਂ ਪਾ ਕੇ ਜੀ ਠੀਕ ਹੈ ਉਹ ਗੜੇ ਨਹੀਂ ਤਾਂ ਚੱਕਣਾ ਬੱਕਰੀਆਂ ਕੰਮ ਨਹੀਂ ਆ ਫਿਰ ਕਿੰਨੇ ਜਾਣੇ ਸਾਹਮਣੇ 100 ਭੇੜ ਨੂੰ ਬਾਹਰ ਅਸੀਂ ਤੇ 2 ਬੰਦੀ ਸਾਹਮ ਲੈਨੇ ਆ 2 ਬੰਦੇ ਹਾਂ ਬੱਕਰੀ ਨਹੀਂ ਸਾਹਮਣੀ ਕਰਕੇ 2 ਤੋਂ ਅੱਛਾ ਭੇੜ 2 ਸਾਹਮ ਲੈਨੇ ਤਾਂ ਹਾਂ ਵੱਢਣਾ ਵੀ ਨਹੀਂ ਪੈਂਦਾ ਨਾ ਕੁਝ ਨਹੀਂ ਵੱਢਣ ਦੀ ਲੋੜ ਪੈਂਦੀ ਸਿਆਲਾਂ ਚ ਜਿਵੇਂ ਇੱਕ ਚਾਰਨ ਨੂੰ ਕੁਝ ਨਹੀਂ ਹੁੰਦਾ ਥੱਲੇ ਕੀ ਚਾਰਦੀ ਹੈ ਉਹ ਤਾਂ ਖੱਬਲ ਜੀ ਜਿਹੜਾ ਸੁੱਕਿਆ ਪਿਆ ਸੁੱਕਾ ਗੱਲਾਂ ਚੱਕੀ ਜਾਂਦੀਆਂ ਹੁਣ ਠੀਕ ਹੈ ਚੰਗਾ ਬਾਪੂ ਜੀ ਸਤਿ ਸ੍ਰੀ ਅਕਾਲ ਬਹੁਤ ਚੰਗੀ ਗੱਲਬਾਤ ਕਰੀ ਭਾਈ ਬਾਪੂ ਨੇ ਪੂਰੀਆਂ ਲਹਿਰਾਂ ਲਾ ਦਿੱਤੀਆਂ ਭੇੜ ਬਾਰੇ ਜਾਣਕਾਰੀ ਵੀ ਦਿੱਤੀ ਤੇ ਆਹ ਜੇ ਵੇਚ ਕੀ ਜਾਣਾ ਹੈ ਇੱਕ ਹੀ ਲਿਆਂਦਾ ਜੀ ਵੇਚਣ ਵਾਸਤੇ ਇਹ ਤਾਂ ਦਿਖਾਉਣ ਵਾਸਤੇ ਆਏ ਜੀ ਅੱਛਾ ਤਾਂ ਹੀ ਰੁਪਏ ਵੱਧ ਮੰਗੀ ਆ ਨਾ ਬੀਬੇ ਕਿਹਾ ਤਾਂ ਵੀ ਠੀਕ ਹੈ ਨਹੀਂ ਆਦਾ ਲੈ ਜੀ ਜਿਹੜਾ ਕੋਈ ਸ਼ੌਂਕੀ ਬੰਦਾ ਉਹ ਲੈ ਜੂਗਾ ਲੈ ਜੂ ਹਾਲ ਜਾਂਦੇ ਉਹ ਫੁੱਲ ਰੁਪਏ ਲਾ ਕੇ ਲੈ ਕੇ ਜਾਊ ਜੀ ਨੇ ਬੱਕਰੀਆਂ ਪਰ ਬੱਕਰੀ ਡਾਪਰ ਆਉਣੀਆਂ ਨੇ ਹਾਂ ਜੀ ਹੈ ਨਾ ਚੰਗਾ ਬਾਪੂ ਹੈ ਚੰਗਾ ਧੰਨਵਾਦ